ਕਿ ਤੁਸੀਂ ਕਦੇ ਸੁਣਿਆ ਹੈ ਕਿ ਪੰਛੀ ਵੀ ਫਲੈਟ ਵਿੱਚ ਰਹਿ ਸਕਦੇ ਨੇ? ਪਰ ਇਹ ਸੱਚ ਹੈ। 51 ਫੁੱਟ ਉੱਚੇ ਟਾਵਰ ਦੇ ਵਿੱਚ ਪੰਛੀਆਂ ਦੇ ਫਲੈਟ ਬਣੇ ਨੇ ਜਿੱਥੇ ਉਹਨਾਂ ਨੂੰ ਰਹਿਣ-ਸਹਿਣ ਦੇ ਨਾਲ 24 ਘੰਟੇ ਦਾਣਾ ਪਾਣੀ ਵੀ ਮਿਲੇਗਾ। ਜੀ ਹਾਂ, ਇਹ ਤਸਵੀਰਾਂ ਉਸੇ ਟਾਵਰ ਦੀਆਂ ਨੇ ਜੋ ਕਿ 51 ਫੁੱਟ ਉੱਚਾ ਬਣਿਆ ਹੋਇਆ ਹੈ ਤੇ 10 ਲੱਖ ਦੀ ਇਸ ਤੇ ਲਾਗਤ ਆਈ ਹੈ। ਇੱਕ ਇੱਕ ਫਲੈਟ ਦੇ ਵਿੱਚ 6-6 ਪੰਛੀ ਰਹਿ ਸਕਦੇ ਨੇ ਅਤੇ ਇਹਨਾਂ ਨੂੰ ਦਿਨ ਰਾਤ ਦਾਣਾ ਪਾਣੀ ਵੀ ਦਿੱਤਾ ਜਾਏਗਾ। ਦੱਸ ਦਈਏ ਕਿ ਇਸ 51 ਫੁੱਟ ਟਾਵਰ ਦੇ ਵਿੱਚ 112 ਫਲੈਟ ਬਣੇ ਹੋਏ ਨੇ ਜਿਹਦੇ ਵਿੱਚ 3000 ਤੋਂ ਵੀ ਵੱਧ ਪੰਛੀ ਰਹਿ ਸਕਦੇ ਨੇ। ਦਰਅਸਲ ਅੰਬਾਲਾ ਛਾਉਣੀ ਦੇ ਸਨਾਤਨ ਧਰਮ ਸਭਾ ਦੇ ਵੱਲੋਂ ਇੱਥੇ ਇੱਕ ਪੰਛੀਆਂ ਲਈ ਟਾਵਰ ਤਿਆਰ ਕੀਤਾ ਗਿਆ ਜਿਸ ਵਿੱਚ ਛੋਟੇ ਛੋਟੇ ਫਲੈਟ ਬਣੇ ਹੋਏ ਨੇ ਤੇ ਇਹ ਖਾਸ ਤੌਰ ਤੇ ਪੰਛੀਆਂ ਲਈ ਬਣਾਏ ਗਏ ਨੇ। ਪੰਛੀ ਇਸ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਸਕਦੇ ਨੇ। ਇੱਥੇ ਹੀ ਇਹਨਾਂ ਪੰਛੀਆਂ ਲਈ ਦਾਣੇ ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਜੋ 24 ਘੰਟੇ ਇੱਥੇ ਮੌਜੂਦ ਰਹੇਗਾ। ਗਰਮੀਆਂ ਹੋਣ ਜਾਂ ਸਰਦੀਆਂ ਹੋਣ, ਪੰਛੀ ਇੱਥੇ ਸੁਰੱਖਿਅਤ ਰਹਿਣਗੇ। ਨਾਲ ਹੀ ਕਿਸੇ ਹੋਰ ਜਾਨਵਰ ਦੇ ਵੱਲੋਂ ਇਹਨਾਂ ਦਾ ਸ਼ਿਕਾਰ ਨਹੀਂ ਕੀਤਾ ਜਾ ਸਕੇਗਾ ਕਿਉਂਕਿ ਇਹ ਟਾਵਰ 51 ਫੁੱਟ ਉੱਚਾ ਬਣਾਇਆ ਗਿਆ ਹੈ। ਫਲੈਟ ਵੀ ਛੋਟੇ ਛੋਟੇ ਨੇ ਜਿਨ੍ਹਾਂ ਵਿੱਚ ਕੋਈ ਵੀ ਹੋਰ ਜਾਨਵਰ ਆਸਾਨੀ ਨਾਲ ਨਹੀਂ ਵੜ ਸਕਦਾ, ਤਾਂ ਪੰਛੀ ਇਸ ਦੇ ਵਿੱਚ ਬਿਲਕੁਲ ਸੁਰੱਖਿਅਤ ਰਹਿਣਗੇ। ਇਸ ਟਾਵਰ ਨੂੰ ਬਣਾਉਣ ਦੇ ਲਈ ਗੁਜਰਾਤ ਤੋਂ ਖਾਸ ਤੌਰ ਤੇ ਕਾਰੀਗਰ ਬੁਲਾਏ ਗਏ ਤੇ ਉਹਨਾਂ ਵੱਲੋਂ ਇਸ ਟਾਵਰ ਨੂੰ ਤਿਆਰ ਕੀਤਾ ਗਿਆ ਹੈ। ਦੱਸ ਦੇ ਕਿ ਸੰਸਥਾ ਦੇ ਵੱਲੋਂ ਹੋਰ ਵੀ ਕਈ ਨੇਕ ਉਪਰਾਲੇ ਕੀਤੇ ਜਾਂਦੇ ਨੇ, ਪਰ ਇੱਥੇ ਪੰਛੀਆਂ ਦੇ ਲਈ ਇੱਕ ਖਾਸ ਤੌਰ ਤੇ ਟਾਵਰ ਬਣਾਇਆ ਗਿਆ ਹੈ ਜਿਸ ਵਿੱਚ ਪੰਛੀਆਂ ਦੇ ਰਹਿਣ ਲਈ ਫਲੈਟ ਬਣਾਏ ਗਏ ਨੇ। ਦਾਣਾ ਪਾਣੀ 24 ਘੰਟੇ ਉਹਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਪੰਛੀ ਸੁਰੱਖਿਅਤ ਰਹਿ ਸਕਣ। ਜੋ ਇਹ ਕੰਸਟਰਕਸ਼ਨ ਕੀ ਹੈ ਸ਼੍ਰੀ ਰਾਮਬਾਗ ਗਊਸ਼ਾਲਾ ਅੰਬਾਲਾ ਕੈਂਟ ਮੇ ਹੈ। ਸ਼੍ਰੀ ਸਨਾਤਨ ਧਰਮ ਸਭਾ ਅੰਬਾਲਾ ਕੈਂਟ ਦੁਆਰਾ ਇਹ ਪਕਸ਼ੀ ਘਰ ਬਣਾਇਆ ਜਾ ਰਿਹਾ ਹੈ। ਇਸਕੋ ਬਣਾਨੇ ਕੇ ਪਿੱਛੇ ਜੋ ਹਮਾਰੀ ਸਭਾ ਕਾ ਸੋਚ ਹੈ, ਸਨਾਤਨੀ ਸੋਚ ਹੈ ਕਿ ਬੇਜਵਾਨ ਪਕਸ਼ੀਓ ਕੀ ਸੇਵਾ ਕਰਨਾ ਹਮਾਰੇ ਧਰਮ ਮੇ ਬੜਾ ਮਹੱਤਵ ਹੈ ਇਸਕਾ, ਕਿ ਗਰਮੀ ਕੇ ਮੌਸਮ ਮੇ ਪਕਸ਼ੀ ਪਰੇਸ਼ਾਨ ਨਾ ਹੋਣਗੇ, ਤੜਫਤੀ ਗਰਮੀ ਮੇ ਉਨਕੋ ਪੀਨੇ ਕਾ ਪਾਣੀ ਮਿਲੇ, ਖਾਣੇ ਕੀ ਵਿਵਸਥਾ ਹੋ ਔਰ ਰਹਿਣੇ ਕੇ ਲੀਏ ਜੋ ਹੈ ਮਤਲਬ ਸੇਫ ਘਰ ਹੋ, ਉਸ ਲਈ ਹਮਨੇ ਬਣਾਇਆ ਹੈ। ਔਰ ਇਸਕੀ ਸਭ ਸੇ ਬੜੀ ਖਾਸੀਅਤ ਕਿਆ ਹੈ, ਜੋ ਇਹ ਘੋਂਸਲੇ ਬਣਾਏ ਗਏ ਹੈ ਇਹ ਗੁਜਰਾਤ ਕੀ ਸ਼ੈਲੀ ਮੇ ਬਣਾਏ ਗਏ ਹੈ, ਗੁਜਰਾਤ ਕੇ ਕਾਰੀਗਰ ਹੀ ਆਏ ਹੈ ਜਿਨ੍ਹਾਂ ਨੇ ਬਣਾਇਆ ਹੈ। ਸਭ ਸੇ ਪਕਸ਼ੀਓ ਕੋ ਸੇਫ ਕਿਆ ਹੈ, ਇਸਮੇ ਕੋਈ ਚੀਲ ਬਾਜ ਕੌਆ ਇਸਕੇ ਘਰ ਕੇ ਅੰਦਰ ਘੁਸ ਨਹੀਂ ਸਕਦਾ। ਇਸਕਾ ਜੋ ਬਣਾਨੇ ਕਾ ਤਰੀਕਾ ਹੈ, ਜੋ ਹਾਊਸ ਕਾ ਜੋ ਉਹਨਾਂ ਨੇ ਮੋਰਾ ਦਿਆ ਹੈ, ਉਸਮੇ ਬੜਾ ਪਕਸ਼ੀ ਕੋਈ ਵੀ ਨਹੀਂ ਆਏਗਾ ਜੇ ਜੋ ਕਿ ਇਨ ਪਕਸ਼ੀਓ ਕੋ ਇਨਿਆ ਇਨਕੇ ਬੱਚੋਂ ਕੋ ਅੰਡੋਂ ਕੋ ਖਰਾਬ ਕਰ ਸਕੇ। ਬੇਟਾ ਇਸਮੇ ਹਮਨੇ 5 ਫਲੋਰ ਬਣਾਏ ਔਰ ਇੱਕ ਫਲੋਰ ਮੇ 112 ਫਲੈਟ ਹੈ, 672 ਇੱਕ ਫਲੋਰ ਮੇ ਰਹਿਤੇ ਹੈ। ਔਨ ਐਨ ਐਵਰੇਜ 3500 ਪਕਸ਼ੀ ਇਸਮੇ ਕੰਫਰਟੇਬਲ ਰਹਿ ਸਕਦੇ ਹੈ। ਇਹ ਕੰਪਲੀਟ ਜਬ ਹੋ ਜਾਏਗਾ, ਪ੍ਰੋਪਰ ਡਿਵੈਲਪ ਹਮ ਪਾਣੀ ਪੀਣੇ ਕੀ ਵਿਵਸਥਾ ਚਾਰੇ ਕੀ ਵਿਵਸਥਾ ਤਿਆਰ ਕਰੇਂਗੇ ਤੋ 8-10 ਲੱਖ ਰੁਪਏ ਕਾ ਖਰਚਾ ਆਏਗਾ ਇਸਕੇ ਅੰਦਰ, ਇੱਕ ਮਹੀਨੇ ਕੇ ਅੰਦਰ।